ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਜ਼ਿਲ੍ਹਾ ਇੰਚਾਰਜ ਅਤੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਬਣਾਇਆ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਮਾਹੌਲ। ਰਵਾਇਤੀ ਪਾਰਟੀਆਂ ਨੂੰ ਛੱਡ ਕੇ 55 ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕਾਊਨ ਵੀ ਦਬਾ ਲਓ। ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਿਹਾਤੀ ਦੇ ਇੰਚਾਰਜ ਅਤੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੂੰ ਪਿੰਡ ਅਹਿਮਦਾਬਾਦ ਵਿਖੇ ਉਸ ਸਮੇਂ ਬਲ ਮਿਲਿਆ ਜਦੋਂ ਗੁਰਦੇਵ ਸਿੰਘ ਦੀ ਮਿਹਨਤ ਸਦਕਾ 5 ਮੌਜੂਦਾ ਪੰਚਾਇਤ ਮੈਂਬਰ ਅਤੇ 1 ਸਾਬਕਾ ਮੈਂਬਰ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਕੇ 55 ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਚੇਅਰਮੈਨ ਬਲਬੀਰ ਸਿੰਘ ਪੰਨੂ ਵੱਲੋਂ ਸਵਾਗਤ ਕਰਦਿਆਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਲੇ ਹਰ ਬੰਦੇ ਨੂੰ ਵਾਧਾ ਮਾਨ ਸਨਮਾਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਆਏ ਦਿਨ ਪਿੰਡਾਂ ਵਿੱਚ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਸਰਕਾਰੀ ਸਕੀਮਾਂ ਪਿੰਡ ਪੱਧਰ ਤੇ ਲਾਗੂ ਕਰਨਾ ਉਹਨਾਂ ਦਾ ਮੁੱਖ ਫਰਜ਼ ਹੈ। ਉਹਨਾਂ ਕਿਹਾ ਕਿ ਪਿਛਲੇ 70 ਸਾਲਾਂ ਦੇ ਵਿੱਚ ਕਾਂਗਰਸ ਤੇ ਅਕਾਲੀਆਂ ਨੇ ਪੰਜਾਬ ਨੂੰ ਕਰਜ਼ਈ ਕਰ ਦਿੱਤਾ ਹੈ ਤੇ ਹੁਣ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਤੇ ਆਮ ਆਦਮੀ ਪਾਰਟੀ ਨੂੰ 2024 ਦੀਆਂ ਚੋਣਾਂ ਦੇ ਵਿੱਚ ਭਾਰੀ ਜਿੱਤ ਦਿਵਾਉਣਗੇ। ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਇਹ ਸਰ ਅੱਜ ਸਾਡੇ ਪਿੰਡ ਅਹਿਮਦਾਬਾਦ ਦੇ ਵਿੱਚ 55 ਪਰਿਵਾਰ ਜਿਹੜੇ ਆ ਸਰਦਾਰ ਬਲਬੀਰ ਸਿੰਘ ਪੰਨੂ ਜੀ ਨੇ ਸਾਡੇ ਨਾਲ ਜੁੜੇ ਆ ਤੇ 5 ਮੈਂਬਰ ਇਹਦੇ ਵਿੱਚ ਮੌਜੂਦਾ ਸ਼ਾਮਲ ਹੋਏ ਜੀ। ਕਾਂਗਰਸ ਤੇ ਅਕਾਲੀ ਦਲ ਵੀ ਛੱਡ ਗਏ, ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀ। ਤੁਸੀਂ ਕਿਸ ਪਾਰਟੀ ਨਾਲ ਸੰਬੰਧ ਰੱਖਦੇ ਹੋ? ਮੈਂ ਸਰ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਜੀ। ਕੀ ਸੋਚ ਕੇ ਅੱਜ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ? ਇਹ ਸਰ ਇਹਨਾਂ ਦੇ ਕੰਮ, ਇਹਨਾਂ ਦੀ ਸੋਚ ਸਾਨੂੰ ਬਹੁਤ ਵਧੀਆ ਲੱਗੀ, ਉਸ ਕਰਕੇ ਅਸੀਂ ਇਹਨਾਂ ਦੇ ਕੰਮ ਤੋਂ ਪ੍ਰਭਾਵ ਹੋ ਕੇ ਇਹਨਾਂ ਦੇ ਨਾਲ ਸ਼ੁਰੂ ਤੋਂ ਚੱਲਦੇ ਆਉਂਦੇ ਜੋ ਕੇਜਰੀਵਾਲ ਸਾਹਿਬ ਨੇ ਪਾਰਟੀ ਚੱਲੀ ਹੋਈ ਹੈ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਮੀਡੀਆ ਵਾਲੇ ਵੀਰਾਂ ਦਾ ਜਿਹੜੇ ਪੂਰੇ ਪਿੰਡਾਂ ਦੀ ਆਵਾਜ਼ ਨੂੰ ਪੂਰੇ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਪਹੁੰਚਾਉਂਦੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰੇ ਵੀਰ ਸੇਵਾ ਸਿੰਘ, ਗੁਰਦੇਵ ਸਿੰਘ, ਸਾਡੇ ਫੌਜੀ ਸਾਹਿਬ, ਇਹਨਾਂ ਦੀ ਮਿਹਨਤ ਸਕਦਾ, ਇਹਨਾਂ ਦਾ ਬੂਟਾ ਲਾਇਆ ਹੋਇਆ ਅੱਜ ਫਲ ਲੈ ਕੇ ਆਇਆ। ਅੱਜ ਆਮ ਆਦਮੀ ਪਾਰਟੀ ਵਿੱਚ ਕਾਂਗਰਸ ਦੇ ਮੌਜੂਦਾ ਮੈਂਬਰ 5 ਮੈਂਬਰ ਔਰ 1 ਸਾਬਕਾ ਮੈਂਬਰ ਜੋ ਅੱਜ ਅਕਾਲੀ ਦਲ ਪਾਰਟੀ ਨੂੰ ਔਰ ਕਾਂਗਰਸ ਪਾਰਟੀ ਨੂੰ ਛੱਡ ਕੇ ਜੋ ਅੱਜ ਤਕਰੀਬਨ ਮੈਨੂੰ ਲੱਗਦਾ 55 ਪਰਿਵਾਰ ਪਿੰਡ ਅਹਿਮਦਾਬਾਦ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਪੱਲਾ ਫੜਿਆ, ਔਰ ਇਹਨਾਂ ਨੂੰ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜੀ ਆਇਆਂ ਆਖਦਾ ਔਰ ਨਾਲ ਨਾਲ ਮੈਂ ਭਰੋਸਾ ਦਿਵਾਉਂਦਾ ਜਿਹੜੀਆਂ ਆਸਾਂ ਉਮੀਦਾਂ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਆ ਉਹਨਾਂ 'ਤੇ ਅਸੀਂ ਖਰੇ ਉਤਰਾਂਗੇ। ਔਰ ਸਾਰੇ ਪਿੰਡ ਨੂੰ ਮੈਂ ਬੇਨਤੀ ਵੀ ਕੀਤੀ ਹੈ ਕਿ ਸਰਪੰਚੀ ਦੀਆਂ ਇਲੈਕਸ਼ਨਾਂ ਆਉਣ ਵਾਲੀਆਂ ਨੇ, ਕਿਸੇ ਝੂਠੇ ਕਿਸੇ ਫਰੇਵੀ ਜਿਹੜੇ ਗੱਲਾਂ ਦੇ ਕੜਾਹ ਬਣਾਉਣ ਵਾਲੇ ਬੜੇ ਆਉਣਗੇ, ਜਿੱਦਾਂ ਬਾਰਸ ਦੇ ਵਿੱਚ ਡੱਡੂ ਆਉਂਦੇ ਤਾਂ ਗੱਲਾਂ ਦੇ ਬੜਾ ਕੜਾਹ ਬਣਾਉਣ ਵਾਲੇ ਬੜੇ ਆਉਣਗੇ, ਅਸੀਂ ਉਹ ਕਰ ਦਾਂਗੇ ਜੇ ਕਰ ਦਾਂਗੇ। ਤਕਰੀਬਨ 70 ਸਾਲ ਅਸੀਂ ਪਿੰਡ ਵਾਸੀਆਂ ਨੂੰ ਮੈਂ ਬੇਨਤੀ ਕੀਤੀ ਵੀ 70 ਸਾਲ ਤੁਸੀਂ ਇਹਨਾਂ ਗੱਲੇ ਦੇ ਕੜਾਹ ਵਾਲਿਆਂ ਨੂੰ ਵੇਖਿਆ, 3 ਸਾਲ ਵਾਸਤੇ ਤੁਸੀਂ ਆਪਣੇ ਵਿੱਚੋਂ ਆਮ ਬੰਦੇ ਨੂੰ ਪਿੰਡ ਦੇ ਵਿੱਚੋਂ ਸਰਪੰਚੀ ਦਾ ਮੌਕਾ ਦੇਣਾ ਹੈ ਔਰ 3 ਸਾਲਾਂ ਦੇ ਵਿੱਚ ਤੁਹਾਨੂੰ ਰਿਪੋਰਟ ਕਾਰਡ ਲੈ ਕੇ 2027 ਦੇ ਵਿੱਚ ਤੁਹਾਡੇ ਕੋਲ ਵੋਟਾਂ ਮੰਗਣਾਵਾਂਗੇ। ਜੇ ਸਾਡਾ ਕੰਮ ਕਰਨ ਦਾ ਤਰੀਕਾ ਲੱਗੂਗਾ ਚੰਗਾ
ਤੇ ਸਾਡੇ ਨੂੰ ਵੋਟਾਂ ਪਾਇਓ। ਜੇ ਸਾਡਾ ਕੰਮ ਕਰਨ ਦਾ ਤਰੀਕਾ ਨਹੀਂ ਚੰਗਾ ਲੱਗੂ ਤਾਂ ਅਸੀਂ ਫਿਰ ਵੋਟਾਂ ਦੇ ਹੱਕਦਾਰ ਨਹੀਂ। ਮੈਂ ਸਾਰੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ, ਸਾਰੇ ਭਾਈਚਾਰਿਆਂ ਨੂੰ, ਸਾਡੇ ਕ੍ਰਿਸਚਨ ਭਾਈਚਾਰੇ ਦੇ ਵੀਰ ਨੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਚਰਚ ਨਹੀਂ ਗਏ, ਪਿੰਡਾਂ ਦੇ ਵਿੱਚ ਕਬਰਸਤਾਨ ਨਹੀਂ ਗਏ, ਪਰ ਮੈਂ ਤੁਹਾਡੇ ਚੈਨਲ ਦੇ ਮੱਦੇ ਰਾਹੀਂ ਵੀ ਸਾਰੇ ਆਪਣੇ ਫਤਿਹਗੜ੍ਹ ਚੂੜੀਆਂ ਦੀ 200 ਪਿੰਡ ਦੀ ਸੰਗਤ ਨੂੰ ਇੱਕ ਸੁਨੇਹਾ ਲਿਆਉਣਾ ਚਾਹੁੰਦਾ। ਹਰ ਇੱਕ ਭਾਈਚਾਰੇ ਦਾ ਪਿੰਡ ਦੇ ਵਿੱਚ ਗੁਰੂ ਘਰ ਬਣਨਾ ਜ਼ਰੂਰੀ ਹੈ ਔਰ ਅਸੀਂ ਬਣਾਵਾਂਗੇ। ਹਰ ਇੱਕ ਭਾਈਚਾਰੇ ਦਾ ਕਬਰਸਤਾਨ ਬਣਨਾ ਜ਼ਰੂਰੀ ਹੈ ਔਰ ਮੈਂ ਕੋਸ਼ਿਸ਼ ਕਰੂੰਗਾ ਵੀ 200 ਪਿੰਡ ਦੇ ਵਿੱਚ ਮੈਂ ਵੱਧ ਤੋਂ ਵੱਧ ਮਿਹਨਤ ਕਰਕੇ ਪਿੰਡਾਂ ਦੇ ਵਿੱਚ ਪਹੁੰਚ ਕੇ ਹਰ ਇੱਕ ਭਾਈਚਾਰੇ ਦਾ ਮਾਣ ਸਨਮਾਨ ਬਾਹਰ ਰੱਖਾਂ।